ਹੈਲੋ ਸਟੂਡੈਂਟਸ, ਦਸਵੀਂ ਕਲਾਸ ਦੇ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਮੇਰੀ ਕਲਾਸ ਵਿੱਚ ਬਹੁਤ ਬਹੁਤ ਸਵਾਗਤ ਹੈ। ਹੁਣ ਅਸੀਂ ਕਰਾਂਗੇ ਐਕਸਰਸਾਈਜ਼ 4.3 ਦਾ ਕੁਸ਼ਚਨ ਨੰਬਰ 5, ਲਾਸਟ ਕੁਸ਼ਚਨ ਹੈ ਇਸ ਐਕਸਰਸਾਈਜ਼ ਦਾ। ਰਕਮ ਦੇਖੋ ਇਹਦੀ, ਕੀ ਪਰਿਮਾਪ 80 ਮੀਟਰ ਅਤੇ ਖੇਤਰਫਲ 400 ਸਕੁਅਰ ਮੀਟਰ ਦੇ ਇੱਕ ਪਾਰਕ ਨੂੰ ਬਣਾਉਣਾ ਸੰਭਵ ਹੈ? ਜੇਕਰ ਹੈ ਤਾਂ ਉਸਦੀ ਲੰਬਾਈ ਅਤੇ ਚੌੜਾਈ ਪਤਾ ਕਰੋ। ਇਜ਼ ਇਟ ਪੋਸੀਬਲ ਟੂ ਡਿਜ਼ਾਈਨ ਅ ਰੈਕਟੈਂਗੂਲਰ ਪਾਰਕ ਆਫ ਪੈਰੀਮੀਟਰ 80 ਮੀਟਰ ਐਂਡ ਏਰੀਆ 400 ਸਕੁਅਰ ਮੀਟਰ? ਇਫ ਸੋ ਫਾਇੰਡ ਇਟਸ ਲੈਂਥ ਐਂਡ ਬ੍ਰੈਡਥ। ਇੱਕ ਰੈਕਟੈਂਗੂਲਰ ਪਾਰਕ ਬਣਾਉਣਾ ਜਿਹਦਾ ਪੈਰੀਮੀਟਰ ਜਿਹੜਾ ਉਹ ਸਾਨੂੰ ਦਿੱਤਾ 80 ਮੀਟਰ, ਮਤਲਬ ਪੈਰੀਮੀਟਰ ਦਾ ਫਾਰਮੂਲਾ ਹੁੰਦਾ ਸਾਡੇ ਕੋਲ 2 × L + B ਇਜ਼ ਇਕੁਅਲ ਟੂ 80 ਮੀਟਰ। ਇਹ ਫਾਰਮੂਲਾ ਹੈ, ਦੋ ਲੰਬਾਈ ਅਤੇ ਚੌੜਾਈ ਨੂੰ ਜੋੜ ਕੇ ਦੋ ਨਾਲ ਗੁਣਾ ਕਰ ਦਿਉ, ਉਹ ਪਰਿਮਾਪ ਹੁੰਦਾ। ਇਹ ਸਾਨੂੰ 80 ਮੀਟਰ ਦਿੱਤਾ, ਏਰੀਆ ਹੁੰਦਾ ਲੰਬਾਈ ਗੁਣਾ ਚੌੜਾਈ, ਇਹ ਸਾਨੂੰ 400 ਸਕੁਅਰ ਮੀਟਰ ਦਿੱਤਾ। ਠੀਕ ਹੈ, ਅਸੀਂ ਦੇਖਣਾ ਕਿ ਅਸੀਂ ਇੱਦਾਂ ਦਾ ਪਾਰਕ ਬਣਾ ਸਕਦੇ ਹਾਂ, ਜੇ ਬਣਾ ਸਕਦੇ ਹਾਂ ਤਾਂ ਉਹਦੀ ਲੰਬਾਈ ਕਿੰਨੀ ਹੋਏਗੀ ਅਤੇ ਉਹਦੀ ਚੌੜਾਈ ਕਿੰਨੀ ਹੋਏਗੀ। ਹੁਣ ਅਸੀਂ ਇੱਥੋਂ ਚੱਲਦੇ ਹਾਂ, ਜਿਹੜਾ ਸਾਨੂੰ ਪਹਿਲਾਂ ਪਰਿਮਾਪ ਦਿੱਤਾ ਪੈਰੀਮੀਟਰ ਸਾਡੇ ਕੋਲ ਹੈਗਾ 80 ਮੀਟਰ। ਹੁਣ ਪੈਰੀਮੀਟਰ ਦਾ ਫਾਰਮੂਲਾ ਲਿਖ ਲਓ, 2 ਗੁਣਾ ਲੰਬਾਈ ਪਲੱਸ ਚੌੜਾਈ ਬਰਾਬਰ 80 ਮੀਟਰ। 2 ਨਾਲ ਅਸੀਂ ਇੱਧਰ ਭਾਗ ਕਰ ਦਾਂਗੇ, ਲੰਬਾਈ ਪਲੱਸ ਚੌੜਾਈ ਕਿਹਦੇ ਬਰਾਬਰ ਆ ਜਾਏਗੀ, 80/2। ਇਹਦਾ ਮਤਲਬ ਲੰਬਾਈ ਪਲੱਸ ਚੌੜਾਈ ਬਰਾਬਰ 40 ਮੀਟਰ ਹੋ ਗਈ। ਠੀਕ ਹੈ, ਲੰਬਾਈ ਅਤੇ ਚੌੜਾਈ ਦਾ ਜੋੜ 40 ਮੀਟਰ ਹੈ। ਠੀਕ ਹੈ, ਇਹਨੂੰ ਇੱਕ ਨੰਬਰ ਰੱਖ ਲੈਂਦੇ ਅਸੀਂ। ਹੁਣ ਦੂਸਰਾ ਉਹਨੇ ਦਿੱਤਾ ਹੈ ਸਾਨੂੰ ਏਰੀਆ। ਏਰੀਆ ਹੁੰਦਾ ਲੰਬਾਈ ਗੁਣਾ ਚੌੜਾਈ, ਖੇਤਰਫਲ ਜਾਂ ਏਰੀਆ, ਇਹ ਦਿੱਤਾ 400 ਸਕੁਅਰ ਮੀਟਰ। ਠੀਕ ਹੈ, ਇਹਦਾ ਫਾਰਮੂਲਾ ਹੁੰਦਾ ਲੰਬਾਈ ਗੁਣਾ ਚੌੜਾਈ, ਇਹ ਬਰਾਬਰ 400 ਸਕੁਅਰ ਮੀਟਰ। ਇਹਨੂੰ ਅਸੀਂ 2 ਨੰਬਰ ਰੱਖ ਲੈਂਦੇ। ਹੁਣ ਸਾਡੇ ਕੋਲ ਜਿਹੜੀਆਂ ਇਹ 2 ਸਿਚੁਏਸ਼ਨ ਹੈਗੀਆਂ, 1 ਨੰਬਰ ਅਤੇ ਇਹ 2 ਨੰਬਰ, ਇੱਥੇ ਏਰੀਆ ਹੈ, ਇੱਥੇ ਸਾਡੇ ਕੋਲ ਪੈਰੀਮੀਟਰ ਹੈਗਾ। ਇਹਨਾਂ ਦੋਨਾਂ ਨੂੰ ਅਸੀਂ ਵਰਤ ਕੇ ਇੱਕ ਕੁਆਡਰੈਟਿਕ ਇਕੁਏਸ਼ਨ ਬਣਾਉਣੀ ਹੈ, ਦੋ ਘਾਤੀ ਸਮੀਕਰਨ ਬਣਾਉਣੀ ਹੈ। ਉਸ ਸਮੀਕਰਨ ਦੇ ਫਿਰ ਦੇਖਣਾ ਕਿ ਜਿਹੜੇ ਮੂਲ ਹੈਗੇ ਉਹ ਵਾਸਤਵਿਕ ਹੈਗੇ ਆ, ਮੂਲ ਵਾਸਤਵਿਕ ਹੋਣਗੇ ਤਾਂ ਅਸੀਂ ਇਹਦੀ ਲੰਬਾਈ ਚੌੜਾਈ ਪਤਾ ਕਰ ਸਕਦੇ ਹਾਂ। ਹੁਣ ਇੱਥੋਂ ਦੇਖੋ ਤੁਸੀਂ, ਇਹਦੇ 'ਚੋਂ ਲੈਂਦੇ ਪਹਿਲਾਂ ਅਸੀਂ, ਇੱਥੋਂ ਸਾਡੇ ਕੋਲ ਜਿਹੜੀ ਬ੍ਰੈਡਥ ਹੈਗੀ ਆ ਉਹ ਕਿਹਦੇ ਬਰਾਬਰ ਆ ਜਾਏਗੀ, 400/L ਰਹਿ ਜਾਏਗਾ, ਅਤੇ ਇੱਥੇ ਫਿਰ ਮੀਟਰ ਰਹਿ ਜਾਣਾ, ਕਿਉਂਕਿ ਇੱਥੇ ਮੀਟਰ ਸਕੇਅਰ ਆ, ਐੱਲ ਵਾਲਾ ਮੀਟਰ ਇੱਥੇ ਆ ਕੇ ਇਹਨੂੰ ਇੱਦਾਂ ਹੁੰਦਾ ਨਾ, ਜਿੱਦਾਂ ਐੱਲ ਮੀਟਰ ਗੁਣਾ ਬੀ ਮੀਟਰ ਇਜ਼ ਇਕੁਅਲ ਟੂ L × B ਮੀਟਰ ਸਕੇਅਰ। ਜਦੋਂ ਅਸੀਂ ਬੀ ਮੀਟਰ ਇੱਧਰ ਰੱਖਾਂਗੇ, ਇੱਧਰ ਐੱਲ ਮੀਟਰ ਜਿਹੜਾ ਆ ਜਾਏਗਾ ਇਹ ਮੀਟਰ ਦੇ ਨਾਲ ਇਹ ਕੱਟ ਜਾਣਾ, ਐੱਲ ਨਾਲ ਐੱਲ ਕੱਟ ਗਿਆ ਅਤੇ ਇੱਥੇ ਬੀ ਰਹਿ ਜਾਏਗਾ। ਠੀਕ ਹੈ, ਇਸ ਕਰਕੇ ਇੱਥੇ ਮੀਟਰ ਰਹਿ ਗਿਆ। ਹੁਣ ਇਹ ਜਿਹੜੀ ਵੈਲਿਊ ਬੀ ਦੀ ਹੈਗੀ ਆ ਇਹਨੂੰ ਅਸੀਂ 1 ਨੰਬਰ 'ਚ ਭਰਾਂਗੇ। ਠੀਕ, ਬੀ ਦੀ ਕੀਮਤ ਸਮੀਕਰਨ 1 ਵਿੱਚ ਭਰਨ 'ਤੇ ਪੁੱਟ ਦਾ ਵੈਲਿਊ ਆਫ ਬੀ ਇਨ
1। ਠੀਕ ਹੈ, ਇਹ ਸਾਡੀ 1 ਨੰਬਰ ਇਕੁਏਸ਼ਨ ਹੈ। ਇੱਥੇ ਅਸੀਂ b ਦੀ ਵੈਲਿਊ ਭਰਨੀ ਹੈ। ਪਹਿਲਾਂ l ਹੈਗਾ ਸਾਡੇ ਕੋਲ, l ਪਲੱਸ b ਸਾਡੇ ਕੋਲ ਆ ਗਈ 400 ਬਟੇ 'ਚ l। ਠੀਕ ਹੈ, ਬਰਾਬਰ 40। ਹੁਣ ਮੀਟਰ ਨਾਲੋਂ ਅਸੀਂ ਉਤਾਰ ਦਿੱਤਾ। ਠੀਕ ਹੈ, ਹੁਣ ਬਟੇ 'ਚ l ਹੈ ਤਾਂ ਅਸੀਂ ਸਾਰੀ ਸਮੀਕਰਨ ਨੂੰ l ਨਾਲ ਗੁਣਾ ਕਰ ਲਾਂਗੇ ਦੋਵੇਂ ਪਾਸੇ। ਐੱਲ ਨਾਲ ਗੁਣਾ ਕਰਨ 'ਤੇ ਬਟਾ ਜਦੋਂ ਵੀ ਸਾਡੇ ਕੋਲ ਆਵੇ ਉਹਨੂੰ ਹਟਾਉਣ ਦਾ ਇਹੀ ਤਰੀਕਾ ਹੁੰਦਾ ਕਿ ਜੋ ਵੀ ਸਾਡੇ ਕੋਲ ਬਟੇ 'ਚ ਹੈਗਾ, ਜੇ ਤਾਂ 1 ਰਕਮ ਹੈ ਤਾਂ ਉਹਦੇ ਬਟੇ ਜੋ ਹੈਗਾ ਉਹਦੇ ਨਾਲ ਸਾਰੇ ਨੂੰ ਗੁਣਾ ਕਰ ਦਿਉ ਤਾਂ ਇਹ ਖਤਮ ਹੋ ਜਾਏਗਾ, ਅਪੋਨ ਜਿਹੜਾ ਸਾਡਾ ਖਤਮ ਹੋ ਜਾਏਗਾ। ਜੇ ਸਾਰੇ ਜੇ ਬਹੁਤਿਆਂ ਦੇ ਥੱਲੇ ਹੈਗਾ ਤਾਂ ਉਹਨਾਂ ਦਾ ਐਲਸੀਅਮ ਲੈ ਕੇ ਉਹਦੇ ਨਾਲ ਮਲਟੀਪਲਾਈ ਕਰ ਲਈਦਾ। ਠੀਕ ਹੈ, ਹੁਣ ਜਦੋਂ ਅਸੀਂ ਐੱਲ ਨਾਲ ਇਹਨੂੰ ਮਲਟੀਪਲਾਈ ਕਰਾਂਗੇ, ਹੋ ਜਾਣਾ ਐੱਲ ਮਲਟੀਪਲਾਈ ਬਾਈ ਐੱਲ, ਇਸ ਰਕਮ ਨੂੰ ਵੀ ਐੱਲ ਨਾਲ ਗੁਣਾ ਹੋਣੀ, ਪਲੱਸ ਐੱਲ ਮਲਟੀਪਲਾਈ ਬਾਈ ਐੱਲ ਨੂੰ ਗੁਣਾ 400 ਬਟਾ ਐੱਲ ਬਰਾਬਰ 40 ਗੁਣਾ ਐੱਲ। ਸਾਰੀਆਂ ਰਕਮਾਂ ਨੂੰ ਹੀ ਐੱਲ ਨਾਲ ਗੁਣਾ ਹੋਣੀ ਹੈ। ਇਹ ਐੱਲ ਦੇ ਨਾਲ ਐੱਲ ਕੱਟ ਜਾਣਾ, ਇੱਥੇ ਐੱਲ ਸਕੁਅਰ ਹੋ ਗਿਆ ਪਲੱਸ ਇੱਥੇ 400 ਰਹਿ ਗਿਆ, ਇੱਧਰ 40 ਐੱਲ ਰਹਿ ਗਏ। ਹੁਣ ਇਹ 40 ਐੱਲ ਨੂੰ ਅਸੀਂ ਇੱਧਰ ਲੈਵਾਂਗੇ, ਐੱਲ ਸਕੁਅਰ ਮਾਈਨਸ 40 ਐੱਲ ਪਲੱਸ 400 ਬਰਾਬਰ 0। ਹੁਣ ਇੱਥੇ ਅਸੀਂ ਇਹਦਾ ਡਿਸਕ੍ਰਿਮੀਨੈਂਟ ਪਤਾ ਕਰਾਂਗੇ, ਐਕਸ ਦੀ ਜਗ੍ਹਾ 'ਤੇ ਇੱਥੇ ਐੱਲ ਹੈ ਹੁਣ। ਠੀਕ ਹੈ, ਡਿਸਕ੍ਰਿਮੀਨੈਂਟ ਸਾਡਾ ਕੀ ਹੁੰਦਾ, ਬੀ ਸਕੁਅਰ ਮਾਈਨਸ 4 ਏ ਸੀ। ਇੱਥੇ ਏ ਕਿੰਨੀ ਹੈ ਸਾਡੇ ਕੋਲ, 1, ਬੀ ਕਿੰਨੀ ਹੈ ਮਾਈਨਸ 40, ਅਤੇ ਸੀ ਹੈਗੀ ਸਾਡੇ ਕੋਲ 400। ਠੀਕ ਹੈ, ਇੱਥੇ ਪੁੱਟ ਕਰ ਦਿਉ ਵੈਲਿਊਜ਼, ਬੀ ਸਕੇਅਰ ਮਾਈਨਸ 40 ਦਾ ਸਕੇਅਰ ਮਾਈਨਸ 4 ਗੁਣਾ ਏ 1 ਹੈ ਅਤੇ ਸੀ 400 ਹੈ। 40 ਨੂੰ 40 ਨਾਲ ਗੁਣਾ ਕਰਾਂਗੇ ਤਾਂ ਇਹ ਸਾਡਾ 1600 ਹੋ ਜਾਣਾ, 40 ਦਾ ਸਕੇਅਰ ਮਾਈਨਸ, ਇਹ ਵੀ 1600 ਹੋ ਗਿਆ, ਬਰਾਬਰ ਆ ਗਿਆ 0 ਦੇ। ਠੀਕ ਹੈ, ਡੀ ਕੇ ਦੇ ਬਰਾਬਰ ਆ ਗਈ 0 ਦੇ। ਤਾਂ ਫਿਰ ਅਸੀਂ ਲਿਖਾਂਗੇ ਮੂਲ ਸੰਭਵ ਹਨ, ਮੂਲ ਵਾਸਤਵਿਕ ਹਨ। ਠੀਕ ਹੈ, ਰੀਅਲ ਅਤੇ ਬਰਾਬਰ ਹਨ। ਠੀਕ ਹੈ, ਰੀਅਲ ਐਂਡ ਇਕੁਅਲ। ਠੀਕ ਹੈ, ਜੇ ਰੂਟ ਸਾਡੇ ਰੀਅਲ ਅਤੇ ਇਕੁਅਲ ਹੋ ਗਿਆ ਤਾਂ ਮਤਲਬ ਲੰਬਾਈ ਅਤੇ ਚੌੜਾਈ ਬਰਾਬਰ ਹੋ ਜਾਣੀ ਹੈ, ਅਤੇ ਇਹ ਇੱਕ ਪਾਰਕ ਸਾਡਾ ਸਕੇਅਰ ਪਾਰਕ ਬਣਨਾ, ਬਣੇਗਾ ਜ਼ਰੂਰ ਸਕੇਅਰ ਪਾਰਕ ਬਣੇਗਾ। ਠੀਕ ਹੈ, ਵਰਗ ਬਣੇਗਾ ਇੱਕ। ਜੇ ਸੰਭਵ ਹੈਗੇ ਆ ਤਾਂ ਫਿਰ ਅਸੀਂ ਹੁਣ ਇਹਦੇ ਰੂਟਸ ਪਤਾ ਕਰਨੇ ਆ, ਅਤੇ ਰੂਟ ਪਤਾ ਕਰਨ ਲਈ ਸਾਡਾ ਫਾਰਮੂਲਾ ਕਿਹੜਾ ਹੁੰਦਾ, ਮਾਈਨਸ ਬੀ ਪਲੱਸ ਮਾਈਨਸ ਬੀ ਸਕੇਅਰ ਮਾਈਨਸ 4 ਏ ਸੀ ਸਾਰੇ ਦਾ ਸਕੇਅਰ ਰੂਟ ਬਟੇ ਦੇ ਵਿੱਚ 2 ਏ। ਹੁਣ ਇਹ ਸਾਡੇ ਕੋਲ ਹੈਗਾ ਮਾਈਨਸ ਬੀ, ਬੀ ਦੇਖੋ ਬੀ ਸਾਡੇ ਕੋਲ ਮਾਈਨਸ 40 ਹੈ ਨਾ, ਅਤੇ ਮਾਈਨਸ 1 ਪਹਿਲਾਂ ਇਹਦੇ ਨਾਲ ਲੱਗੀ ਵਾ, ਇਹ ਹੋ ਜਾਣੀ ਸਾਡੇ ਕੋਲ 40 ਬਣ ਜਾਣਾ। ਪਲੱਸ ਵੀ ਅਤੇ ਮਾਈਨਸ ਵੀ, ਇਹ ਸਾਡਾ ਡਿਸਕ੍ਰਿਮੀਨੈਂਟ ਹੈ, ਇਹ 0 ਹੈ, ਬਟੇ 'ਚ 2 ਗੁਣਾ ਏ ਸਾਡਾ 1 ਹੈ। ਠੀਕ,
ਇਹ ਹੋ ਜਾਣਾ 40, 0 ਦਾ ਤਾਂ ਵਿੱਚ ਪਲੱਸ ਜਾਂ ਮਾਈਨਸ ਕਰੋ ਕੋਈ ਫਰਕ ਨਹੀਂ, ਬਟੇ 'ਚ 2, ਇਹ ਆਏਗਾ 20, ਕੱਟ ਕੇ 20 ਮੀਟਰ। ਲੰਬਾਈ ਬਰਾਬਰ ਚੌੜਾਈ ਬਰਾਬਰ 20 ਮੀਟਰ। ਇਸ ਮਾਪ ਦਾ ਪਾਰਕ ਬਣਾਉਣਾ ਸੰਭਵ ਹੈ। ਠੀਕ, ਕੁਸ਼ਚਨ ਸਾਡਾ ਕੰਪਲੀਟ ਹੋ ਗਿਆ। ਇਹਦੇ ਨਾਲ ਹੀ ਸਾਡੀ ਐਕਸਰਸਾਈਜ਼ ਕੰਪਲੀਟ ਹੋ ਜਾਂਦੀ ਹੈ। ਨੈਕਸਟ ਐਕਸਰਸਾਈਜ਼ ਲਈ ਅਸੀਂ ਅਗਲੀ ਵੀਡੀਓ 'ਚ ਮਿਲਾਂਗੇ। ਬਾਏ ਬਾਏ।